राजन क्यों सोया। राजन क्यों सोया, तू नींद भर राजन क्यों सोया। जागत कत नाहीराम, जागत कत नाहीराम, राजन क्यों सोया। राजन क्यों सोया, तू नींद भर जागत कत नाहीराम, जागत कत नाहीराम, रात में क्यों सोया। राजन क्यों सोया, राजन क्यों सोया। माया झूठ रुदन झूठ रुदन केते बिल लाही राम, माया झूठ रुदन जागत कत नाहीराम, जागत कत।
हर जाई
भी दुभरे राज में क्यों सोया तू भी दुभरे जागत कतना हीरा ऐसे राज खुल देने जेड़े जीवन दा एक पंथ एक रास्ता बन जाते जीवन पर कई बार मनुख जीवन दा सफर करता ते रहिंदा जीवन है ही मुसाफरी मनुख सफर करता ते रहिंदा जीवन दरम्यान विच तेरी मर्जी नाल रोकना नहीं इस सफर नूं रोकिया नहीं जा सकता समय ते समा कदी रुकदा नहीं जीवन है ही एक समा रुकदा नहीं पर केड़ी अजीब गल है भी जीवन का सफर तो मनुख करी जाए पर रस्ते का पता ना हो गुरु ने बाणी अंदर एक लाइन विच इस गल नू स्पष्ट किया कह लगे जन्म सिरानो जन्म होया जीवन का सफर शुरू हो गया जन्म तो बाद जीवन का सफर शुरू हो जाता है जन्म होया जीवन का सफर शुरू हो गया तो ये सफर भी कोई दो चार घंटे का नहीं कई बारी छोटा सफर होवे ना उन्दे विच औकड़ा भी होन कंडियाले राह भी होन सड़कां भी टुटियां होन ते मनुख बर्दाश्त कर लैंदे चलो दो चार घंटे ने औखा सौखा सफर कर लवांगा लग जावांगा क्योंकि छोटे सफर विच मनुख औकड़ा सहार लैंदा है पर होवे लंबा सफर ते लंबे सफर दा पंथ जेड़ा है वो कंडियाला हो गए रस्ते खेडे हो कंडे हो ते लंबे सफर विच ही हो गुरु ने बाणी विच ख्याल दिता कह लगे और सलात का पंथ तो है और सलाद का मतलब कंडिया नाल सलाइया नाल भरिया होया
ਦੁਹੇਲਾ ਦਾ ਮਤਲਬ ਔਖਾ ਦੁੱਖਾਂ ਭਰਿਆ ਕਹਿਣ ਲੱਗੇ ਇਹ ਪੰਥ ਜਿਹੜਾ ਹੈ ਰਸਤਾ ਜਿਹੜਾ ਜੀਵਨ ਦਾ ਇਹ ਕੰਡਿਆਂ ਨਾਲ ਭਰਿਆ ਹੋਇਆ ਹੈ ਔਖਾ ਹੈ ਦੁੱਖਾਂ ਵਾਲਾ ਹੈ ਤੇ ਫਿਰ ਅਜੀਬ ਗੱਲ ਹੈ ਇੱਥੇ ਕੋਈ ਮਦਦਗਾਰ ਵੀ ਨਹੀਂ ਮਦਦਗਾਰ ਵੀ ਕੋਈ ਨਹੀਂ ਸੰਗ ਨਾ ਸਾਥੀ ਗਵਨ ਅਕੇਲਾ ਇਕੱਲੇ ਚੱਲਣਾ ਪੈਂਦਾ ਕੋਈ ਸਾਥੀ ਨਹੀਂ ਬਾਹਰ ਗੁਰੂ ਨੇ ਬਾਣੀ ਵਿੱਚ ਆਪਾਂ ਹੁਣੇ ਸੁਖਮਣੀ ਸਾਹਿਬ ਦੀ ਪਾਠ ਦੀ ਸਮਾਪਤੀ ਕੀਤੀ ਉਹਦੇ ਵਿੱਚ ਇੱਕ ਲਫ਼ਜ਼ ਆਏ ਨੇ ਜੈ ਮਾਰਿਕ ਕੇ ਗਣੇ ਜਾਏ ਨਾ ਕੋਸਾ ਇੰਨਾ ਲੰਬਾ ਹੈ ਜੈ ਮਾਰਿਕ ਕੇ ਗਣੇ ਜਾਏ ਨਾ ਕੋਸਾ ਹਰ ਕਾ ਨਾਮ ਹੁਆ ਜੈ ਪੈਂਦੇ ਮਹਾ ਅੰਧ ਗੁਰਵਾਰਾ ਅੱਗੇ ਲਫ਼ਜ਼ ਨੇ ਜਾਂ ਪੰਥ ਤੇਰਾ ਕੌਣ ਨਾ ਸਜਾਣੂ ਜਿਸ ਰਸਤੇ ਵਿੱਚ ਤੇਰਾ ਸਜਾਣੂ ਭਾਵ ਮਿੱਤਰ ਵਾਕਫੀਅਤ ਵਾਲਾ ਕੋਈ ਦੋਸਤ ਸਿਆਣੂ ਆਪਾਂ ਦੋਸਤ ਨੂੰ ਆਖਦੇ ਹਾਂ ਜਿਹੜਾ ਮੈਨੂੰ ਸਿਆਣਦਾ ਹੋਵੇ ਉਹ ਮੈਨੂੰ ਜਾਣਦਾ ਹੋਵੇ ਜਾਂ ਉਸਨੂੰ ਜਾਣਦਾ ਹੋਵੇ ਤੇ ਲਫ਼ਜ਼ ਨੇ ਜਾਂ ਪੰਥ ਤੇਰਾ ਕੋ ਨਾ ਸਿਆਣ ਉਹ ਰਸਤਾ ਜਿੰਦੇ ਕੋਸ ਵੀ ਬੜੇ ਜ਼ਿਆਦਾ ਨੇ ਕੋਹ ਵੀ ਬੜੇ ਜ਼ਿਆਦਾ ਨੇ ਅਤੇ ਉੱਥੇ ਸਿਆਣੂ ਵੀ ਕੋਈ ਨਹੀਂ ਇਕੱਲੇ ਨੂੰ ਚੱਲਣਾ ਪੈਂਦਾ ਕਹਿਣ ਲੱਗੇ ਕਿਹੜੀ ਅਜੀਬ ਗੱਲ ਹੈ ਉਸ ਰਾਹ ਉਸ ਰਸਤੇ ਵਿੱਚ ਅੰਧੇਰਾ ਵੀ ਹੈ ਦਿਨ ਦੇ ਚਾਨਣ ਵਿੱਚ ਤੇ ਮਨੁੱਖ ਸੰਭਲ ਸੰਭਲ ਕੇ ਪੈਰ ਧਰਦਾ ਗੁਰਬਾਣੀ ਨੂੰ ਆਪਾਂ ਇੱਥੇ ਵਿਚਾਰਨ ਵਾਸਤੇ ਹੀ ਬੈਠਦੇ ਹਾਂ ਸਿਰਫ ਸ਼ਬਦ ਪੜ੍ਹਨ ਲਈ ਨਹੀਂ ਗੁਰਬਾਣੀ ਵਿਚਾਰਨ ਲਈ ਮਨੁੱਖ ਦੇ ਦਿਨ ਦੇ ਚਾਨਣ ਵਿੱਚ ਤੇ ਇਹੋ ਜਿਹਾ ਰਸਤਾ ਔਖਾ ਵੀ ਆ ਜਾਏ ਨਾ ਮਨੁੱਖ ਉਸ ਤੋਂ ਆਪਣੇ ਆਪ ਨੂੰ ਸੁਰੱਖਿਅਤ ਕਰਦਾ ਹੈ ਚਾਨਣ ਹੈ ਬੜਾ ਸੰਭਲ ਸੰਭਲ ਕੇ ਕਦਮ ਧਰਦਾ ਹੈ ਕੋਈ ਕੰਡਾ ਨਾ ਚੁੱਭ ਜਾਏ ਕੋਈ ਠੇਡਾ ਨਾ ਵੱਜ ਜਾਏ ਮਨੁੱਖ ਦਾ ਸੁਭਾਅ ਹੈ ਪਰ ਜੇ ਇਹੋ ਜਿਹਾ ਸਫ਼ਰ ਹੋਵੇ ਤੇ ਉੱਧਰੋਂ ਰਾਤ ਪੈ ਜਾਏ ਅੰਧੇਰਾ ਹੋਵੇ ਅੰਧੇਰੇ ਵਿੱਚ ਤਾਂ ਕੰਡਿਆਂ ਨੂੰ ਤੇ ਠੇਡਿਆਂ ਨੂੰ ਪਛਾਣਨਾ ਵੀ ਔਖਾ ਹੋ ਜਾਣਾ ਗੁਰੂ ਨੇ ਨਾਲ ਹੀ ਇਹ ਕਹਿ ਦਿੱਤਾ ਜੈ ਪਿੰਡ ਮਹਾ ਅੰਧ ਗੁਬਾਰਾ ਅੰਧੇਰਾ ਉਸ ਰਾਤ ਕਾ ਪੰਥ ਦੁਹੇਲਾ ਹੈ ਤੂੰ ਇਕੱਲਾ ਹੈ ਸੰਗ ਨ ਸਾਥੀ ਗਮਨ ਅਕੇਲਾ ਹੈ ਔਕੜਾਂ ਨੇ ਠੇਡੇ ਨੇ ਕੰਡੇ ਨੇ ਤੇ ਫਿਰ ਰਾਤ ਪੈ ਗਈ ਰਾਤ ਪੈ ਗਈ ਇਸ ਸਫ਼ਰ ਵਿੱਚ ਪੈਣ ਤੇ ਆਪਣੇ ਆਪ ਪਤੀ ਆਪਣੇ ਸੁਰੱਖਿਅਤਾ ਪਤੀ ਕੁਛ ਸੋਚਿਆ ਲਓ ਜ਼ਰਾ ਸੋਚਣਾ ਕੁਛ ਸੋਚਿਆ ਮਨੁੱਖ ਨੇ ਆਪ ਸਫ਼ਰ ਕਰਨਾ ਹੋਵੇ ਰਸਤੇ ਦੀਆਂ ਔਕੜਾਂ ਬਾਰੇ ਪਹਿਲਾਂ ਜਾਣਨਾ ਚਾਹੁੰਦਾ ਅੱਜ ਕੱਲ੍ਹ ਤੇ ਇਹੋ ਜਿਹੇ ਸਾਧਨ ਬਣ ਗਏ ਇੰਟਰਨੈਟ 'ਤੇ ਤੁਹਾਨੂੰ ਪਤਾ ਲੱਗ ਜਾਂਦਾ ਰਸਤੇ ਜਿਸ ਰਾਹ ਮੈਂ ਜਾਣਾ ਹੈ ਇਹਦਾ ਪੰਥ ਕਿੰਨਾ ਲੰਬਾ ਹੈ ਕਿਹੜੀਆਂ ਔਕੜਾਂ ਨੇ ਕਿੱਥੇ ਮੈਨੂੰ ਕੋਈ ਸਹਾਇਤਾ ਮਿਲਣੀ ਸਾਰਾ ਕੁਛ ਇੰਟਰਨੈਟ ਤੁਹਾਨੂੰ ਦੱਸ ਦਿੰਦਾ ਤੁਸੀਂ ਉਹ ਸਾਰਾ ਪ੍ਰੋਗਰਾਮ ਪਹਿਲਾਂ ਆਪਣੇ ਹੱਥ ਵਿੱਚ ਕਰ ਲੈਂਦੇ ਹੋ ਪਰ ਸੋਚਿਓ ਕਹਿਣ ਲੱਗੇ ਜੀਵਨ ਦੇ ਸਫ਼ਰ ਵਿੱਚ ਔਕੜਾਂ ਹੀ ਔਕੜਾਂ ਨੇ ਸਾਥੀ ਵੀ ਕੋਈ ਨਹੀਂ ਤੇ ਤੇਰੇ ਕੋਲ ਐਸਾ ਇੰਟਰਨੈਟ ਵੀ ਕੋਈ ਨਹੀਂ ਐਸਾ ਸਾਫਟਵੇਅਰ ਵੀ ਕੋਈ ਨਹੀਂ ਵੀ ਤੈਨੂੰ ਦੱਸ ਦੇ ਵੀ ਤੇਰੇ ਜੀਵਨ ਦੇ ਰਾਹ ਵਿੱਚ ਕਿਹੜੀਆਂ ਔਕੜਾਂ ਨੇ ਇਹਨਾਂ ਤੋਂ ਕਿਵੇਂ ਬਚਣਾ ਹੈ ਲਓ ਕਿਵੇਂ ਬਚਣਾ ਗੁਰੂ ਕਹਿੰਦੇ ਨੇ ਇਹਦਾ ਇੱਕੋ ਹੀ ਸਾਫਟਵੇਅਰ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਤੈਨੂੰ ਤੇਰੇ ਜੀਵਨ ਦੇ ਵਿੱਚ ਆਉਣ ਵਾਲੀਆਂ ਔਕੜਾਂ ਤੋਂ ਤੈਨੂੰ ਸੁਰੱਖਿਅਤ ਕਰਦਾ ਹੈ ਬਚਨ ਦਾ ਸਾਰ ਇੱਕ ਚੌਕਸੀ ਚੇਤਨਤਾ ਦਿੰਦਾ ਹੈ ਬੜਾ ਫਰਕ ਹੈ ਕੋਈ ਜ਼ਰੂਰੀ ਨਹੀਂ ਕਿ ਕੰਡੇ ਕੋਈ ਚੁਣੇ ਸਿਰਫ ਤੁਹਾਨੂੰ ਕੰਡਿਆਂ ਦੇ ਰਾਹ ਤੋਂ ਚੌਕਸ ਕਰ ਦੇਵੇ
कोई जरूरी नहीं तुहाडे रह तो कोई ठेडे चुगे, सिर्फ तुहाडे हाथ विच इक टॉर्च फड़ा देवे भी चलो ठेडे ते तू नहीं चुन सकेगा, टॉर्च नाल राह तां वेख वेख के पैर धरी। गुरु बाणी दी रोशनी तेरे हाथ लैंदा है। सफर लंबा है, जय मारक के गणे जाए ना कोसा, सफर लंबा है। शब्द की रोशनी गुरबाणी इस जग में चानण जिहड़ा ये मैं तेरे हाथ देना। लो गुरु गोबिंद सिंह पातशाह जी ने, दसम पातशाह जी ने श्री गुरु ग्रंथ साहब के लड़ ला के साढ़े ते यो रहमत की, यो एहसान किया। कह लगे जीवन का सफर बड़ा लंबा है, आ गुरबाणी इस जग में चानण हाथ में लै लें, इनू कितने ना त्याग दें। फिर तेरा औकड़ा भरिया सफर भी सहल आसान हो जाएगा। तो गुरु ने एक आवाज भी दिती, कहन लगे जन्म सिरानो जन्म सिरानो मिल गया। जीवन तो शुरू कर लिया पर अपने राहानू अपने पंध नू अपने सफर नू ना चिता रहा ना सुमा रहा। ते दुख वाली गल है कि सांझ परी दा मतलब शामा पै गई, अंधेरा हो गया, सांझ तो बाद शामा तो बाद अंधेरा हो जाता है, होर सफर औखा हो जाता है। गुरु बाणी विच आवाज दिंदा है सांझ भरी दे दिस अंधेरा, हर पास अंधेरा। एक बार अस की कि अंधेरा मनुख ने रात मनुख ने सौन ले क्यों निश्चित की है, क्योंकि रात ने तेन सफर भी नहीं कर देना, रात ने तेन बिजनेस व्यापार भी नहीं कर देना, वह भी ता ही होगा जो चानन होगा। मैं एक बार की थी अगे शामा दुकाना बंद हो जाए सब, हम सारी सारी रात बाद कीटा खुलिया रेंदिया ने, क्यों? क्योंकि अगे रोशनी का इंतजाम नहीं सी, रोशनी का इंतजाम मनुख की एक्टिविटी जिनी है वह सारी रोशनी पर निर्भर है। चानन गया, सारा कुछ ठप हो गया, सांझ परी दे दिसा दे आ, सारा कुछ गया। इसे सौन नू दूजे लफ्जा विच नींद नू मौत भी आखदे ने। नींद का अर्थ की है? सदा की नींद, उन्हूं की कहते ने मौत, सदा की नींद। ते नींद का ही दूजा नाम है सौना। हुण देखना यह है कि सौन का फर्क की है, लफज क्योंकि शब्द राजन क्यों सोया दा लफज है। इस तरह से गया बोलते हैं कैलिफोर्निया गल कैसी अजीब गल है, मां दियां लोरियां नूं लोग याद करते ने, गीतकारां ने गीत बना दिते मां दियां लोरियां ते, मां दियां लोरियां दे गीत लोग गाते ने। हालांकि मां दियां लोरियां विच की है? नींद है ना, कभी गहराई नाल बाणी नूं भी सोचिए हैरान हो जाएगा। मां दियां लोरियां किस गल दी प्रतीक ने जिन्हों इन्ना सलाया गया जिंदे गीत गाए गए? मां दी लोरी नींद का प्रतीक है, जदों बच्चे नूं सुवाना हुंदा है
ਮਾਂ ਲੋਰੀਆਂ ਦਿੰਦੀ ਸੀ, ਬੱਚਾ ਸੌਂ ਜਾਂਦਾ ਸੀ। ਸੁਆਣ ਲਈ ਮਾਂ ਦੀਆਂ ਲੋਰੀਆਂ ਨੇ ਤੇ ਲੋਕ ਯਾਦ ਕਰਦੇ ਨੇ। ਪਰ ਇੱਕ ਖਿਆਲ ਕਰ ਲਓ, ਮੈਨੂੰ ਵੀ ਸੁਭਾਅ ਅਗਲੀ ਤੋਂ ਅਗਲੀ ਗੱਲ ਵਿਚਾਰਨ ਦਾ। ਇੱਕ ਕਦੀ ਖਿਆਲ ਕਰਿਓ, ਮਾਂ ਦੀਆਂ ਲੋਰੀਆਂ ਜੀਵਨ ਦੇ ਕਿੰਨੇ ਕੁ ਵਰੇ ਤੁਹਾਡਾ ਸਾਥ ਦਿੰਦੀਆਂ ਨੇ। ਲਓ ਰੁਕ ਜਾ, ਮਾਂ 6 ਮਹੀਨੇ ਦੇ ਬੱਚੇ ਨੂੰ ਲੋਰੀ ਦਿੰਦੀ, ਸਾਲ ਦੇ ਬੱਚੇ ਨੂੰ ਲੋਰੀ ਦਿੰਦੀ, 2 ਸਾਲ ਦੇ, 5 ਸਾਲ ਤੱਕ, 4 ਸਾਲ ਤੱਕ ਵੀ ਮੁਸ਼ਕਿਲ ਹੈ, ਪਰ ਚਲੋ ਮੰਨ ਲਓ ਅੱਜ ਕੱਲ੍ਹ ਬੱਚੇ 4-5 ਸਾਲ ਦੇ ਸਿਆਣੇ ਹੋ ਜਾਂਦੇ ਨੇ, ਉਹਨਾਂ ਨੂੰ ਲੋਰੀਆਂ ਦੀ ਲੋੜ ਨਹੀਂ ਪੈਂਦੀ, ਪਰ ਚਲੋ ਮੰਨ ਲਓ 5 ਸਾਲ ਤੱਕ ਲੋਰੀਆਂ ਦੇ ਸਵਾਦੇ ਵੀ ਉਹ ਬਚਪਨ ਹੈ। ਤੇ ਬਚਪਨ ਦੇ ਚ ਨੀਂਦ ਮਾਂ ਦੀ ਲੋਰੀਆਂ ਨਾਲ ਕਿਉਂ ਆ ਜਾਂਦੀ ਹੈ? ਰਾਜ ਵਿਚਾਰੇ ਆਪਣੇ ਸ਼ਬਦ ਤੇ ਇੱਕ ਲਾਈਨ ਤੇ ਬੈਠ ਕੇ ਵਿਚਾਰ ਕਰ। ਬੱਚੇ ਨੂੰ ਮਾਂ ਦੀਆਂ ਲੋਰੀਆਂ ਤੇ ਨੀਂਦ ਕਿਉਂ ਆ ਜਾਂਦੀ ਹੈ? ਨਿਰੀ ਮਾਂ ਦੀ ਲੋਰੀ ਦਾ ਹੀ ਉਹਦੇ ਵਿੱਚ ਅਸਰ ਨਹੀਂ ਹੁੰਦਾ, ਉਹ ਇਸ ਲਈ ਵੀ ਆ ਜਾਂਦੀ ਹੈ ਕਿਉਂਕਿ ਬੱਚਾ ਬੇਫਿਕਰ ਹੁੰਦਾ, ਉਹਦੇ ਸਿਰ ਤੇ ਕੋਈ ਨਾ ਅਜੇ ਉਦੋਂ ਤੱਕ ਪੜ੍ਹਾਈ ਦਾ ਬੋਝ ਹੈ। ਅਜੇ 3-4 ਸਾਲ ਦੀ ਉਮਰ 'ਚ ਕੋਈ ਵੀ ਬੋਝ ਨਹੀਂ, ਉਹਨੂੰ ਪਤਾ ਹੀ ਨਹੀਂ ਮੈਂ ਗਰੀਬ ਹਾਂ ਕਿ ਮੈਂ ਅਮੀਰ ਹਾਂ, ਉਹਨੂੰ ਪਤਾ ਹੀ ਨਹੀਂ ਮੈਂ ਸਵੇਰ ਦੀ ਰੋਟੀ ਕਿੱਥੋਂ ਕਮਾਉਣੀ ਹੈ ਅਤੇ ਕਿੱਥੇ ਖਾਣੀ ਹੈ, ਉਹਨੂੰ ਕੀ ਪਤਾ? ਬੱਚਾ ਹੈ ਬੱਚਾ। ਉਹ ਜਿਹੜੀ ਬੇਫਿਕਰੀ ਗੈਰ ਜ਼ਿੰਮੇਵਾਰੀ ਹੈ ਨਾ, ਜ਼ਿੰਮੇਵਾਰੀ ਕੋਈ ਨਹੀਂ ਅਤੇ ਬੇਫਿਕਰੀ ਹੈ ਨਾ, ਉਹਨੂੰ ਇਹ ਪਤਾ ਮੈਂ ਅਮੀਰ ਆ ਕੇ ਗਰੀਬ ਹਾਂ, ਮੇਰੇ ਘਰ ਦੌਲਤ ਹੈ, ਚੋਰ ਆਏਗਾ ਅਤੇ ਲੁੱਟੇਗਾ, ਉਹਨੂੰ ਕੁਛ ਵੀ ਜ਼ਿੰਮੇਵਾਰੀ ਨਹੀਂ। ਹੁਣ ਉਹਨੂੰ ਮਾਂ ਦੀ ਲੋਰੀ ਨੇ ਸਵਾ ਦਿੱਤਾ, ਸਵਾ ਦਿੱਤਾ। ਪਰ ਸੋਚਿਓ ਜਦੋਂ ਉਹ ਬੱਚਾ 20 ਸਾਲ ਦਾ ਹੋ ਜਾਏ, ਉਦੋਂ ਮਾਂ ਲੋਰੀ ਦਿੰਦੀ ਹੈ? ਰੋਜ਼ਾਨਾ ਜੀਵਨ ਦੀ ਗੱਲ ਦੀ ਐਗਜ਼ਾਮਪਲ, ਉਦੋਂ ਮਾਂ ਫਿਰ ਲੋਰੀ ਦੇ ਕੇ ਸਵਾਉਂਦੀ ਹੈ? ਉਦੋਂ ਤੇ ਬੱਚਾ ਜਦਾ ਦੇਰ ਤੱਕ ਸੁੱਤਾ ਰਹੇ ਆ ਕੇ ਗੁੱਸੇ ਨਾਲ ਜਗਾਉਂਦੀ ਹੈ, ਕਿਉਂ ਸੁੱਤਾ? ਉਹੀ ਮਾਂ ਹੈ, ਉਹੀ ਪੁੱਤਰ ਹੈ। ਕਦੀ ਲੋਰੀਆਂ ਦੇ ਕੇ ਸੁਆਉਂਦੀ ਸੀ, ਕਦੀ ਅੰਡੋਰੇ ਦੇ ਕੇ ਜਗਾਉਂਦੀ ਹੈ, ਗੁੱਸਾ ਕਰਦੀ ਹੈ, ਕਿਉਂ ਸੁੱਤਾ ਹੈ? ਕਿਉਂ? ਕਿਉਂਕਿ ਉਦੋਂ ਗੈਰ ਜ਼ਿੰਮੇਵਾਰ ਸੀ, ਉਹਦੇ ਸਿਰ ਕੋਈ ਜ਼ਿੰਮੇਵਾਰੀ ਨਹੀਂ ਸੀ, ਉਹਨੂੰ ਤੇ ਆਪਣੀ ਸੰਪਦਾ ਦਾ, ਆਪਣੇ ਅਮੀਰ ਹੋਣ ਦਾ, ਆਪਣੀ ਦੌਲਤ ਦਾ, ਆਪਣੀ ਕਮਾਈ ਦਾ ਕੁਝ ਵੀ ਫਿਕਰ ਨਹੀਂ ਸੀ ਕਿ ਮੇਰਾ ਕੀ ਹੈ ਜਿਹਨੂੰ ਮੈਂ ਸੰਭਾਲ ਕੇ ਰੱਖਣਾ। ਆਮ ਤੁਸੀਂ ਰੋਜ਼ਾਨਾ ਜੀਵਨ 'ਚ ਦੇਖ ਲਿਓ, ਆ ਬੇਟੀ ਸਾਹਮਣੇ ਬੈਠੀ, ਕੱਲ੍ਹ ਸ਼ਾਮੀ ਜਦੋਂ ਛੋਟੇ ਬੱਚੀ ਨੂੰ ਨਾਲ ਲੈ ਕੇ ਆਈ, ਮੈਂ ਕਿਹਾ ਦਿਨੇ ਸੁੱਤੀ ਰਹਿੰਦੀ, ਕਿਉਂ? ਬੱਚੇ ਨੂੰ ਤਾਂ ਲੋਰੀਆਂ ਤੋਂ ਬਿਨਾਂ ਵੀ ਤੁਸੀਂ ਦੇਖੋਗੇ, ਬੱਚਾ ਛੋਟਾ ਹੋਵੇ 2-4 ਮਹੀਨੇ ਤਾਂ ਸੁੱਤਾ ਹੀ ਰਹਿੰਦਾ। ਮੈਂ ਹੈਰਾਨ ਹੋਇਆ, ਬੱਚਾ ਸੌਂ ਰਿਹਾ ਹੈ ਬਿਨਾਂ ਸਵਾਏ, ਅਤੇ ਜ਼ਰਾ 10 ਸਾਲ ਦਾ, 20 ਸਾਲ ਦਾ, ਪੜ੍ਹਾਈ ਦੀ ਜ਼ਿੰਮੇਵਾਰੀ ਅਜੇ ਪਹਿਲੀ ਆਈ ਹੈ, ਅਤੇ ਹੁਣ ਉਹਨੂੰ ਨੀਂਦ ਲੈ ਕੇ, ਨੀਂਦ ਦੀ ਗੋਲੀ ਲੈ ਕੇ ਸੌਣਾ ਪੈਂਦਾ, ਨੀਂਦ ਆਉਂਦੀ ਨਹੀਂ। ਲੋਰੀਆਂ ਨੇ ਇਕੱਲੀਆਂ ਨੇ ਕੀ ਕੰਮ ਕਰਨਾ ਸੀ? ਮੈਡੀਸਨ ਦੀ ਲੋੜ ਪੈਂਦੀ ਹੈ, ਨੀਂਦ ਆਉਂਦੀ। ਜਿਉਂ ਜਿਉਂ ਮਨੁੱਖ ਦੀ ਜਾਗਰਤੀ, ਸੁਚੇਤਤਾ, ਚੇਤਨਤਾ, ਵੱਡਾਪਣ ਆ ਜਾਂਦਾ ਨਾ, ਇਹ ਆਉਣਾ ਨਹੀਂ ਰਹਿੰਦਾ, ਤਿਉਂ ਤਿਉਂ ਉਹਨੂੰ ਨੀਂਦ ਦੀ ਲੋੜ ਵੀ ਨਹੀਂ ਪੈਂਦੀ। ਲਓ ਮੈਂ ਸੰਖੇਪ ਵਿੱਚ ਇਸ ਗੱਲ ਨੂੰ ਸਮਾਪਤ ਕਰਾਂ। ਨੀਂਦ ਅਚੇਤਤਾ ਦੀ ਨਿਸ਼ਾਨੀ ਹੈ, ਨੀਂਦ ਗੈਰ ਜ਼ਿੰਮੇਵਾਰੀ ਦੀ ਨਿਸ਼ਾਨੀ ਹੈ। ਜਦੋਂ ਉਹ ਬੱਚਾ ਵੱਡਾ ਹੁੰਦਾ,
फिर मां भी उन्हों सुत्ता नहीं देखना चाहती बहुती देर ते अजीब गल है फिर आप भी बच्चा सुत्ता नहीं रहना चाहता फिर उन्हों नींद आउंदी भी नहीं ज्यों ज्यों जिम्मेवारी जागृति वधदी है त्यों त्यों सोंदा नहीं ज्यों ज्यों अपनी संपदा दी राखी का मसला आउंदा है त्यों त्यों सोंदा नहीं गुरु ने आरफस क्यों बरते हैं गुरु ने मुखातब किया है राजे नु अनप नींद दी निशानी अनप नींद दी निशानी है तो सारी जिंदगी किन्ने क देर एना बनया रहेगा कि तेनु नींद आई जावे जागे ना आज जागृति दी क्यों लोड़ है ਕਿੰਨੀ ਦੇਰ ਇਹ ਆਣਾ ਬਣਿਆ ਕਿਉਂਕਿ ਨੀਂਦ ਜਿਹੜੀ ਹੈ ਇਹ ਅਨਪ ਦੀ ਨਿਸ਼ਾਨੀ ਹੈ ਗੁਰੂ ਵੀ ਆਖ ਰਿਹਾ ਕਿਆ ਤੂੰ ਸੋਇਆ ਕਿਆ ਤੂੰ ਸੋਇਆ ਜਾਗ ਕੇ ਆਣਾ ਜਾਗ ਤੇ ਇੱਥੇ ਲਫ਼ਜ਼ ਰਾਜਨ ਵਰਤੇ ਨੇ ਰਾਜਨ ਕਿਉਂ ਵਰਤੇ ਨੇ क्योंकि राजा जेड़ा है वो गैर जिम्मेवार नहीं हो सकता जेड़ा राजा अपनी प्रजा अपने देश अपनी संपदा प्रति गैर जिम्मेवार हुंदा है वो राजा ही नहीं रहता लो ध्यान दियो जी गैर जिम्मेवार तो मैं तो पंजाब की एक गल उस दिन भी जिक्र की थी केडी अजीब गल है पंजाब दी सड़कां ते एक लफ्ज़ लिखिया हुंदा है बोर्ड ते ਜਿਹੜਾ ਸਾਨੂੰ ਪੜ੍ਹਨ ਲੱਗਿਆ ਬੜਾ ਸੋਚਣਾ ਚਾਹੀਦਾ ਉਹ ਹੁੰਦਾ ਸਾਵਧਾਨੀ ਹਟੀ ਦੁਰਘਟਨਾ ਘਟੀ ਮੈਂ ਆਮ ਕਈ ਵਾਰੀ ਦੇਖਣਾ ਸੜਕਾਂ 'ਤੇ ਚੱਲਦੇ ਹੋ ਸੁਭਾਅ ਬਣੇ ਇਹ ਚੀਜ਼ ਦੇਖੋ ਉਹਨੂੰ ਯਾਦ ਕਰੋ ਕੀ ਕਾਰਨ ਪੰਜਾਬੀਆਂ ਸੜਕਾਂ 'ਤੇ ਛੋਟੇ ਛੋਟੇ ਬੋਰਡ ਲੱਗੇ ਹੁੰਦੇ ਨੇ ਜਿੱਥੇ ਲਿਖਿਆ ਹੁੰਦਾ ਸਾਵਧਾਨੀ ਹਟੀ ਦੁਰਘਟਨਾ ਘਟੀ सावधानी हटना की है नींद सोना ते गुरु एक ख्याल दे रहे ने ख्याल की दे रहे ने कहते ने राजन क्यों सो जा भला कोई गरीब कखा की कुली विच सौ जाए तो सौ जाए मान लेना ਜਿਹੜੇ ਵਿਹਲੇ ਲੋਕ ਨੇ ਜਿਨ੍ਹਾਂ ਦਾ ਪਰਿਵਾਰ ਕੋਈ ਨਹੀਂ ਜਿਨ੍ਹਾਂ ਘਰ ਬਾਹਰ ਛੱਡ ਕੇ ਡੇਰਿਆਂ ਵਿੱਚ ਮੰਗ ਦੀਆਂ ਰੋਟੀਆਂ ਖਾ ਲਈ ਨੇ ਉਹ ਸੌਂ ਜਾਣ ਸੌਂ ਜਾਣ ਮੇਰਾ ਗੁਰੂ ਵੀ ਨਹੀਂ ਸੌਂਦਾ ਸਿੱਖ ਨੂੰ ਵੀ ਸੌਣ ਨਹੀਂ ਦਿੰਦਾ ਆਏ ਖਿਆਲ ਕਰਿਓ ਗੁਰੂ ਦੇ ਸੰਬੰਧ ਵਿੱਚ ਬਾਣੀ ਦੇ ਇੱਕ ਲਫ਼ਜ਼ ਆਏ ਨੇ ਇੱਕੋ ਸਤਿਗੁਰ ਜਾਗਦਾ ਜਗ ਸੂਤਾ ਮੋਹ ਪਿਆਸ ਗੁਰੂ ਤਾਂ ਜਗਦਾ ਹੈ ਤੇ ਗੁਰੂ ਕਹਿੰਦੇ ਸਿੱਖ ਵੀ ਨਹੀਂ ਸੌਂ ਸਕਦਾ ਸਤਿਗੁਰ ਸੇਵਨ ਸਤਿਗੁਰ ਸੇਵਨ ਜਗਨ ਸੇ ਗੁਰਬਾਣੀ ਫੈਸਲਾ ਕਹਿੰਦੇ ਨੇ ਸਤਿਗੁਰੂ ਨੂੰ ਸੇਵਨ ਵਾਲੇ ਗੁਰੂ ਨਾਲ ਜੁੜੇ ਹੋਏ ਸਿੱਖ ਵੀ ਕਦੀ ਨਹੀਂ ਸੌਂਦੇ ਇਹ ਹੈ ਜਾਗਰਤੀ ਇਹ ਨਹੀਂ ਕਿ ਸੰਸਾਰਕ ਨੀਂਦ ਰਾਤ ਨੂੰ ਨਹੀਂ ਸੌਂਦੇ ਇਹ ਮਸਲਾ ਨਹੀਂ ਆਤਮਕ ਜਾਗਰਤੀ ਮਨ ਨਾ ਸੋਏ ਮਨ ਸੋਇਆ ਮਾਇਆ ਬਿਸਮਾਦ ਮਨ ਨਾ ਸੋਏ ਜਾਗਰਤੀ ਹੋ ਗਿਆ ਕੀ ਹੋ ਰਿਹਾ ਹੈ ਮੇਰੇ ਦੁਆਲੇ ਕੀ ਹੋ ਰਿਹਾ ਕਿਸ ਦੀਵਾਰ ਤੋਂ ਸਣ ਲਗਾ ਕੇ ਚੋਰ ਮੇਰੇ ਘਰ ਵਿੱਚ ਪ੍ਰਵੇਸ਼ ਕਰ ਰਹੇ ਨੇ ਮੇਰੇ ਗੁਰੂ ਦਾ ਬਖਸ਼ਿਆ ਹੋਇਆ ਸਿਧਾਂਤ ਮੇਰੇ ਗੁਰੂ ਦੀ ਬਖਸ਼ੀ ਹੋਈ ਸੰਪਦਾ ਜਿਹੜੀ 200 ਵਰ੍ਹੇ ਵਿੱਚ ਗੁਰੂ ਨੇ ਇਕੱਤਰ ਕਰਕੇ ਵਿਰਸੇ ਰੂਪ ਵਿੱਚ ਮੈਨੂੰ ਦੇ ਦਿੱਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤਲੇ ਇਹ ਕਿਤੇ ਸੰਪਦਾ ਤਾਂ ਨਹੀਂ ਲੁੱਟੀ ਜਾ ਰਹੀ ਕੋਈ ਮੇਰਾ ਸਿੱਖੀ ਸਿਧਾਂਤ ਜਿਹੜਾ ਗੁਰੂ ਨੇ ਬਖਸ਼ਿਸ਼ ਕੀਤਾ ਇਹ ਤੇ ਨਹੀਂ ਲੁੱਟਿਆ ਜਾ ਰਿਹਾ ਜਾਗਰਤੀ ਬਲਕਿ ਮੈਂ ਕਰਸ ਕੀਤੀ ਸੀ
ਕਿੰਡੀ ਅਜੀਬ ਗੱਲ ਹੈ, ਮਾਂ ਦਾ ਰਿਸ਼ਤਾ ਤਾਂ ਜਨਮ ਨਾਲ ਆਪੇ ਹੀ ਪੈਦਾ ਹੋ ਗਿਆ। ਉਹ ਮੈਂ ਨਹੀਂ ਬਣਾਇਆ ਨਾ ਤੁਸੀਂ ਬਣਾਇਆ, ਜਿਹਦੇ ਘਰ ਜਨਮ ਲੈ ਲਿਆ ਮਾਂ ਹੈ ਉਹ ਲੋਰੀਆ ਦਿੰਦੀ ਹੈ। ਖਿਆਲ ਕਰਿਓ, ਇੱਕ ਰਿਸ਼ਤਾ ਉਹ ਹੈ ਜਿਹੜਾ ਆਪਣੇ ਆਪ ਨਹੀਂ ਬਣਿਆ, ਪਹਿਰੇਦਾਰ ਰੱਖਣਾ ਹੋਵੇ, ਪਹਿਰੇਦਾਰ ਨਾਲ ਰਿਸ਼ਤਾ ਬਣਾਉਣਾ ਹੋਵੇ, ਆਪਣੇ ਆਪ ਬਣ ਜਾਂਦਾ। ਉਹ ਭਾਲ ਕੇ ਆਪ ਨਿਸ਼ਚਿਤ ਕਰੀਦਾ ਅਤੇ ਬਲਕਿ ਪਹਿਲਾਂ ਸੋਚੀਦਾ ਵੀ ਗੈਰ ਜ਼ਿੰਮੇਵਾਰ ਜਾਂ ਬੇਵਫਾ ਆਦਮੀ ਕੋਈ ਅਣਜਾਣ ਜਿਹਨੂੰ ਮੈਂ ਨਹੀਂ ਜਾਣਦਾ ਉਹ ਕਿਤੇ ਪਹਿਰੇਦਾਰ ਨਾਲ ਰੱਖ ਲਵਾਂ। ਪਹਿਰੇਦਾਰ ਬਾਰੇ ਮੈਨੂੰ ਪਤਾ ਹੋਣਾ ਚਾਹੀਦਾ ਕੌਣ ਹੈ, ਕਿਤੇ ਚੋਰਾਂ ਦਾ ਸਾਥੀ ਤਾਂ ਨਹੀਂ। ਗੁਰੂ ਨੂੰ ਆਖਣਾ ਪਿਆ, ਕਹਿਣ ਲੱਗੇ ਪੰਜ ਪਹੁਰੂਆ ਦਾਰੇ ਮੈਂ ਬੈਠੇ ਤਿੰਨ ਕਰਨਾ ਹੀ ਪਤੀ ਆ ਰਿਹਾ, ਪੰਜ ਪਹਿਰੇਦਾਰ ਦਰਵਾਜ਼ੇ 'ਤੇ ਰੱਖ ਲੈ, ਉਹਨਾਂ 'ਤੇ ਮੈਨੂੰ ਅਜੇ ਤੱਕ ਵਿਸ਼ਵਾਸ ਨਹੀਂ। ਉਹੀ ਲੁਟੇਰਿਆਂ ਨਾਲ ਕਿਤੇ ਉਹੀ ਚੋਰਾਂ ਨਾਲ ਤਾਂ ਨਹੀਂ ਮਿਲ ਗਿਆ ਹੈ ਗੁਰਬਾਣੀ ਦੇ ਫੈਸਲੇ, ਕਿਉਂਕਿ ਪਹਿਰੇਦਾਰ ਜਿਹੜਾ ਉਹ ਬੜੀ ਸਿਆਣਪ ਨਾਲ ਬੜੀ ਸੋਚ ਨਾਲ ਸਮਝ ਨਾਲ ਅਤੇ ਦੂਰ ਅੰਦੇਸ਼ੀ ਨਾਲ ਰੱਖਣਾ ਪੈਂਦਾ ਹੈ। ਮਾਂ ਤੁਹਾਡੀ ਆਪਣੀ ਮਰਜ਼ੀ ਨਾਲ ਨਹੀਂ ਬਣਦੀ, ਉਹ ਲੋਰੀ ਦਿੰਦੀ ਸੁਆਉਂਦੀ ਅਤੇ ਦਿੰਦੀ ਹੈ ਲੋਰੀ ਉਦੋਂ ਜਦੋਂ ਤੁਸੀਂ ਗੈਰ ਜ਼ਿੰਮੇਵਾਰ ਹੁੰਦੇ ਹੋ। ਜੇ ਜਦੋਂ ਜ਼ਿੰਮੇਵਾਰੀਆਂ ਦੀ ਪੰਜ ਸਿਰ 'ਤੇ ਹੁੰਦੀ ਹੈ ਉਦੋਂ ਰਿਸ਼ਤਾ ਜਿਹੜਾ ਬਣਦਾ ਉਹ ਪਹਿਰੇਦਾਰ ਨਾਲ ਬਣਦਾ ਹੈ। ਜਿਹਦੇ ਘਰ ਕੁਝ ਨੇ ਉਹ ਪਹਿਰੇਦਾਰ ਕਿਉਂ ਰੱਖੇਗਾ, ਰਾਜਿਆਂ ਦੇ ਦਰਬਾਰ 'ਤੇ ਖਲੋਤੇ ਨੇ, ਰਾਜਿਆਂ ਦੇ ਮਹੱਲਾਂ 'ਤੇ ਵੀ ਖੜੇ ਨੇ ਚੌਕਦਾਰ, ਕਿਸੇ ਗਰੀਬ ਦੀ ਕੁੱਲੀ ਦੇ ਸਾਹਮਣੇ ਕਿਉਂ ਨਹੀਂ ਖੜੇ? ਸੋਚਣਾ ਪਏਗਾ। ਰਾਜਾ ਜ਼ਿੰਮੇਵਾਰ ਹੈ, ਉਹਦੇ ਸਿਰ 'ਤੇ ਨਿਰੀ ਆਪਣੀ ਜ਼ਿੰਮੇਵਾਰੀ ਨਹੀਂ ਪ੍ਰਜਾ ਦੀ ਜ਼ਿੰਮੇਵਾਰੀ ਪੀ ਹੈ। ਗੁਰੂ ਨੂੰ ਕਿਉਂ ਮੁਖਾਤਬ ਕਰ ਰਿਹਾ, ਹੇ ਭਲਿਆ ਤੂੰ ਕਿਉਂ ਸੁਣਨਾ, ਤੇਰੇ ਦਰਵਾਜ਼ੇ 'ਤੇ ਪਹਿਰੇਦਾਰ ਹੈ ਅਤੇ ਪਹਿਰੇਦਾਰ ਸਵਾਣ ਲਈ ਨਹੀਂ ਉਹ ਲੋਰੀ ਨਹੀਂ ਦਿੰਦਾ। ਕਿਹੜੀ ਅਜੀਬ ਗੱਲ ਹੈ, ਮਾਂ ਲੋਰੀ ਦਿੰਦੀ ਹੈ ਸਵਾਣ ਲਈ ਅਤੇ ਪਹਿਰੇਦਾਰ ਦਰਵਾਜ਼ੇ 'ਤੇ ਆ ਕੇ ਡਾਂਗ ਖੜਕਾਉਂਦਾ ਹੈ ਅਤੇ ਆਵਾਜ਼ ਦਿੰਦਾ ਜਾਗਦੇ ਰਹੋ। ਦੋਵਾਂ ਦਾ ਫਰਕ ਹੈ, ਹੁਣ ਪਹਿਰੇਦਾਰ ਦਾ ਜਾਗਦੇ ਰਹਿਣਾ ਅਤੇ ਲੋਰੀ ਥੋੜ੍ਹਾ ਸੋਚਣਾ ਪਏਗਾ। ਜੇ ਕੋਈ ਪਹਿਰੇਦਾਰ ਕੋਲੋਂ ਲੋਰੀਆਂ ਪਾ ਲਏ, ਮੈਨੂੰ ਵੀ ਕਈ ਲੋਕ ਕਹਿੰਦੇ ਨੇ ਉਹ ਪਹਿਲੇ ਵਾਲਾ ਕੀਰਤਨ ਸੁਣਾ ਪਰ ਬੜਾ ਸੋਹਣਾ ਲਿਵ ਲੱਗ ਜਾਂਦੀ ਸੀ, ਲੋਰੀਆਂ ਸੁਣਾਓ ਚੋਰ ਦਰਵਾਜ਼ੇ ਅੱਗੇ ਆ ਜਾਣ ਅਤੇ ਮੈਂ ਲੋਰੀਆਂ ਸੁਣਾ ਲਵਾਂ। ਇੱਕ ਖਿਆਲ ਕਰੋ, ਮੈਂ ਕਹਿੰਦਾ ਫਰਕ ਕੀ ਹੈ, ਮਾਂ ਲੋਰੀ ਦਿੰਦੀ ਹੈ ਪਹਿਰੇਦਾਰ ਲੋਰੀ ਨਹੀਂ ਦਿੰਦਾ, ਕਿਉਂਕਿ ਮਾਂ ਸਵਾਣ ਲਈ ਲੋਰੀ ਦਿੰਦੀ ਹੈ, ਪਹਿਰੇਦਾਰ ਜਗਾਉਣ ਲਈ ਡਾਂਗ ਖੜਕਾਉਂਦਾ ਹੈ। ਉਹ ਆਵਾਜ਼ ਦਿੰਦਾ ਜਾਗਦੇ ਰਹੋ, ਉਹ ਜਗਾਉਣ ਲਈ ਹੈ, ਉਹ ਸਵਾਣ ਲਈ ਹੈ। ਪਰ ਇੱਕ ਖਿਆਲ ਕਰਿਓ, ਜਿਹੜੀ ਲੋਰੀ ਹੈ ਉਹ ਚਾਰ ਸਾਲ ਤੱਕ ਹੀ ਹੋ ਸਕਦੀ ਹੈ, ਪੰਜ ਸਾਲ ਤੱਕ ਜਦੋਂ ਤੇਰੇ ਕੋਲ ਕੋਈ ਸੰਪਦਾ ਦੀ ਜ਼ਿੰਮੇਵਾਰੀ ਨਹੀਂ। ਜਦੋਂ 200 ਸਾਲ ਬਾਅਦ ਤੇਰੀ ਝੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਪੈ ਜਾਏ ਫਿਰ ਲੋਰੀਆਂ 'ਚ ਨਾ ਖਲੋਈ, ਫਿਰ ਜਾਗਦਾ ਨਹੀਂ, ਇਹ ਖਜ਼ਾਨਾ ਕਿੱਥੇ ਲੁੱਟਿਆ ਜਾਂਦਾ, ਇਹਦੀ ਮੈਂ ਕਿਵੇਂ ਸੰਭਾਲ ਕਰਾਂ? ਹੁਣ ਤੂੰ ਬਾਦਸ਼ਾਹ ਹੈ, ਤੇਰੇ ਕੋਲ ਖਜ਼ਾਨਾ ਹੈ, ਪਰ ਇਹ ਖਿਆਲ ਕਰੀ ਇਹ ਓਨੀ ਦੇਰ ਹੀ ਬਾਦਸ਼ਾਹ ਹੈ ਜਿੰਨੀ ਦੇਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਤੇਰੇ ਕੋਲ ਹੈ, ਨਹੀਂ ਤਾਂ ਤੂੰ ਭਿਖਾਰੀ ਹੋ ਜਾਏਗਾ। ਯਾਦ ਰੱਖ, ਜਿਸ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਤੇਰੇ ਕੋਲ ਨਾ ਰਿਹਾ ਤੂੰ ਦਰ ਬਦਰ ਦਾ ਮੰਗਤਾ, ਤੂੰ ਹੁਣ ਵੀ ਮੰਗਤਾ ਬਣ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਦਰ ਦਰ 'ਤੇ ਕਦੇ ਕਿਸੇ ਡੇਰੇ ਦੇ ਸਾਹਮਣੇ, ਕਦੇ ਕਿਸੇ ਗ੍ਰੰਥੀ ਦੇ ਸਾਹਮਣੇ, ਕਦੇ ਕਿਸੇ ਗ੍ਰੰਥ ਦੇ ਸਾਹਮਣੇ ਹੱਥ ਜੋੜ ਕੇ ਖਲੋਤੇ, ਉਹ ਮੰਗਤਾ ਹੀ ਹੈ, ਤੈਨੂੰ ਆਪਣੇ ਖਜ਼ਾਨੇ ਦਾ ਪਤਾ ਹੀ ਕੋਈ ਨਹੀਂ, ਉਹ ਲੁੱਟਿਆ ਜਾ ਰਿਹਾ। ਅਤੇ ਗੁਰੂ ਕਹਿੰਦੇ ਜਿਸ ਦਿਨ ਤੈਨੂੰ ਆਪਣੇ ਖਜ਼ਾਨੇ ਦਾ ਅਹਿਸਾਸ ਹੋ ਗਿਆ ਨਾ ਕਿ ਮੇਰੇ ਕੋਲ ਇੰਨਾ ਵੱਡਾ ਖਜ਼ਾਨਾ ਹੈ, ਫਿਰ ਉਸ ਦਿਨ ਤੂੰ ਬਾਦਸ਼ਾਹ ਹੈ, ਉਸ ਦਿਨ ਤੂੰ ਰਾਜਾ ਹੈ। ਅਤੇ ਰਾਜੇ ਕਦੀ
ਬੁੜੀ ਨੀਂਦ ਨਹੀਂ ਸੌਂਦੇ, ਉਹ ਤਾਂ ਆਪਣੇ ਦਰਵਾਜ਼ੇ ਅੱਗੇ ਪਹਿਰੇਦਾਰ ਇੱਕ ਨਹੀਂ ਦੋ ਨਹੀਂ ਕਈ ਕਈ ਪਹਿਰੇਦਾਰ ਰੱਖਦੇ ਨੇ, ਕਿਤੇ ਜੇ ਭਰਾ ਮੈਨੂੰ ਵੀ ਨੀਂਦ ਆ ਜਾਏ ਤਾਂ ਪਹਿਰੇਦਾਰ ਮੈਨੂੰ ਜ਼ਰੂਰ ਜਗਾਉਣ। ਤੇ ਗੁਰੂ ਨੇ ਆਵਾਜ਼ ਦਿੱਤੀ, ਗੁਰ ਕਾ ਸ਼ਬਦ ਰਖਵਾਰੇ, ਉਹ ਪਹਿਰੇਦਾਰ ਹੈ, ਚੌਕੀ ਚੌਗਿਰਦ ਹਮਾਰੀ, ਮੇਰੇ ਦੁਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਖਲੋਤਾ ਹੈ, ਮੈਨੂੰ ਸੌਣ ਨਹੀਂ ਦਿੰਦਾ। ਕਹਿੰਦਾ ਤੇਰਾ ਸਿਧਾਂਤ ਕਿਤੇ ਲੁੱਟਿਆ ਨਾ ਜਾਏ, ਕਿਉਂਕਿ ਹੁਣ ਮੈਂ ਗਰੀਬ ਮੰਗਤਾ ਨਹੀਂ, ਹੁਣ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਐਡੇ ਵੱਡੇ ਖਜ਼ਾਨੇ ਦਾ ਮਾਲਕ ਬਾਦਸ਼ਾਹ। ਤੇ ਗੁਰੂ ਆਵਾਜ਼ ਦਿੰਦਾ, ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਹੋਵੇ, ਜੇ ਉਹ ਵੀ ਸੌ ਜਾਏ। ਤੇ ਗੁਰੂ ਕਹਿੰਦੇ ਨੇ ਇਸ ਤੋਂ ਵੱਡੀ ਹੋਰ ਉਲਾਂਭੇ ਵਾਲੀ ਗੱਲ ਕਿਹੜੀ। ਸਾਧ ਸੰਗਤ ਵਿੱਚ ਅਸੀਂ ਗੁਰਬਾਣੀ ਦੇ ਇਸ ਖਜ਼ਾਨੇ ਨੂੰ ਸੰਭਾਲਣਾ ਸੀ ਨਾ, ਅੱਜ ਅਸੀਂ ਉੱਥੇ ਬੈਠ ਕੇ ਵੀ ਮਾਇਆ ਦੇ ਰੋਣੇ ਹੀ ਰੋਣੇ ਹਾਂ। ਬਹੁਤ ਸੱਚਾਈ, ਅੱਜ ਸਾਡੇ ਅਸਥਾਨ, ਸਾਡੇ ਸਤਸੰਗ ਦੇ ਜ਼ਰੀਏ, ਸਾਡੇ ਪ੍ਰਚਾਰ ਦੇ ਸਿਸਟਮ, ਸਾਰੀ ਚੀਜ਼ ਇੱਕ ਧੰਦਾ ਬਣ ਕੇ ਰਹਿ ਗਈ ਹੈ, ਇੱਕ ਬਿਜ਼ਨਸ ਬਣ ਕੇ ਰਹਿ ਗਈ ਹੈ, ਇੱਕ ਵਪਾਰੀ ਰੂਪ ਧਾਰਨ ਕਰ ਚੁੱਕੀ ਹੈ। ਅਤੇ ਨਤੀਜਾ ਇਹ ਨਿਕਲਦਾ, ਵਪਾਰੀ ਬਿਰਤੀ, ਧੰਦੇ ਦੀ ਬਿਰਤੀ ਕਦੀ ਧਰਮ ਦੇ ਖਜ਼ਾਨੇ ਨੂੰ ਸੰਭਾਲ ਕੇ ਨਹੀਂ ਰੱਖਦੀ। ਗੁਰੂ ਕਹਿੰਦੇ ਰਾਜ ਮੈਂ ਕਿਉਂ ਸੋਇਆ।
ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੱਬੀ ਸਿਧਾਂਤ ਦਾ ਖਜ਼ਾਨਾ ਹੈ ਜੋ ਲੁੱਟਣ ਦੀ ਬਰਬਾਦ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ। ਇਹਨੂੰ ਕਿਵੇਂ ਸੰਭਾਲਣਾ ਹੈ, ਇਸ ਖਜ਼ਾਨੇ ਦੇ ਵਾਰਸ ਨੂੰ ਫਿਕਰ ਹੋਣਾ ਚਾਹੀਦਾ ਹੈ, ਕਿਉਂਕਿ ਇਸੇ ਖਜ਼ਾਨੇ ਦਾ ਵਾਰਸ ਹੀ ਤਾਂ ਜਿੰਨੀ ਦੇਰ ਹੈ ਰਾਜਾ ਹੈ, ਨਹੀਂ ਤਾਂ ਭਿਖਾਰੀ। ਫਿਕਰ ਹੋਣਾ ਚਾਹੀਦਾ ਜੇ ਉਹ ਵੀ ਸੌਂ ਜਾਏ ਤੇ ਲੋਰੀਆਂ ਹੀ ਪਾਵੇ ਕਿ ਲੋਰੀਆਂ ਸੁਣ ਸੁਣ ਕੇ ਸੌਂ ਜਾਈਏ। ਫਿਰ ਸਮਾਂ ਨਿਕਲਿਆ ਹੋਇਆ ਜਦੋਂ ਅੰਧੇਰਾ ਸਾਂਝ ਪੈ ਗਈ, ਸਾਂਝ ਭਰੀ ਦੈ ਦਿਸ ਅੰਧਿਆਰਾ ਪੰਥ ਨਾ ਸੰਵਾਰਾ। ਜਦੋਂ ਸਾਂਝ ਪੈ ਗਈ ਅੰਧੇਰਾ ਆ ਗਿਆ ਅਣਤਾ ਦਾ, ਸਾਨੂੰ ਦੋ ਕਦਮ ਨਹੀਂ ਚੱਲਣ ਦੇਵੇਗਾ। ਇਸ ਲਈ ਜਗਦੇ ਰਹੋ, ਜਗਦੇ ਰਹੋ। ਇਹ ਸਥਾਨ ਇੱਥੇ ਦੀ ਇਕੱਤਰਤਾ ਸਿਰਫ ਇਸੇ ਗੱਲ ਦੀ ਮੰਗ ਕਰਦੀ ਹੈ ਕਿ ਜਾਗੋ। ਜਿਹੜੇ ਇੱਥੇ ਆਉਣ ਵਾਲੇ ਵੀਰ ਨੇ ਹਮੇਸ਼ਾ, ਅਸੀਂ ਇਹਨਾਂ ਦਾ ਨਾਂ ਹੀ ਇਸੇ ਲਈ ਰੱਖਿਆ ਹੋਇਆ ਹੈ ਕਿ ਓਂਕਾਰ ਪਰਿਵਾਰ ਹੈ। ਇਹ ਸਤਸੰਗਤ ਦਾ ਨਾਂ ਸੀ, ਇਹ ਓਂਕਾਰ ਪਰਿਵਾਰ ਕਰਕੇ ਅਸੀਂ ਹੋਰ ਕਿਸੇ ਦੇ ਉਪਾਸ਼ਕ ਨਹੀਂ। ਇੱਥੇ ਗੱਲ ਇੱਕ ਓਂਕਾਰ ਦੀ ਹੈ, ਹੋਰ ਕੋਈ ਮੰਗ ਨਹੀਂ। ਆ ਸਾਹਮਣੇ ਬੈਠੇ ਨੇ ਵੀਰ ਸਾਰੇ, ਆਖਰ 13-14 ਸਾਲ ਗੁਜ਼ਰ ਗਏ ਨੇ, ਇੱਥੇ ਕਦੀ ਕੋਈ ਉਗਰਾਹੀ ਹੋਈ ਹੋਊਗੀ? ਇੱਥੇ ਆ ਕੇ ਸਾਡੀ ਇੱਕੋ ਚੀਜ਼ ਹੈ ਵੀ ਬੈਠ ਕੇ ਗੁਰਬਾਣੀ ਵਿਚਾਰੋ। ਕੋਈ ਸ਼ਬਦ ਉਹ ਨਾ ਹੋਵੇ ਜਿਹਨੂੰ ਅਸੀਂ ਕੇਵਲ ਪੜ੍ਹ ਕੇ ਲੰਘ ਜਾਈਏ, ਸਾਨੂੰ ਪਤਾ ਹੋਵੇ ਗੁਰੂ ਨੇ ਇਸ ਸ਼ਬਦ ਦੇ ਅੰਦਰ ਸਾਡੀ ਚੋਰੀ ਕੀ ਪਾਇਆ ਹੈ। ਉਸ ਵਿਚਾਰ ਕੇ ਅਸੀਂ ਜਾਗੀਏ ਅਤੇ ਜਾਗ ਕੇ ਆਪਣੇ ਖਜ਼ਾਨੇ ਨੂੰ ਬਚਾ ਲਈਏ। ਪਹਿਲੇ ਦਾਰ ਸਾਡੇ ਸਿਰ 'ਤੇ ਹੈ, ਗੁਰੂ ਬਖਸ਼ਿਸ਼ ਕਰੇ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾਚੇ ਖਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਰਾਮ ਕਲੀ ਮਹਲਾ ਤੀਜਾ।